ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਿਟਡ ਗਿਆਨ ਅਤੇ ਮੈਂ ਕੁਲਵਿੰਦਰ ਸਿੰਘ। ਅਕਸਰ ਔਨਲਾਈਨ ਠੱਗੀ ਦੀਆਂ ਘਟਨਾਵਾਂ ਤੁਸੀਂ ਆਪਣੇ ਆਲੇ ਦੁਆਲੇ ਜਾਂ ਫਿਰ ਖਬਰਾਂ ਦੇ ਵਿੱਚ ਸੁਣਦੇ ਹੀ ਰਹਿੰਦੇ ਹੋ, ਪਰ ਜਿਵੇਂ ਸਿਆਣੇ ਕਹਿੰਦੇ ਨੇ ਅਤੇ ਆਮ ਕਹਾਵਤ ਹੈ ਕਿ ਕਈ ਵਾਰ ਚੋਰਾਂ ਨੂੰ ਮੋਰ ਵੀ ਪੈ ਜਾਂਦੇ ਨੇ, ਅਜਿਹੀ ਇੱਕ ਘਟਨਾ ਸਾਹਮਣੇ ਆਈ ਹੈ ਜਦੋਂ ਪਾਕਿਸਤਾਨ ਤੋਂ ਇੱਕ ਸ਼ਖਸ ਦੁਆਰਾ ਪੰਜਾਬ ਦੇ ਵਿੱਚ ਇੱਕ ਸ਼ਖਸ ਨੂੰ ਇਹ ਕਹਿ ਕੇ ਕਾਲ ਕੀਤੀ ਜਾਂਦੀ ਹੈ ਕਿ ਤੁਹਾਨੂੰ 25 ਲੱਖ ਦੀ KBC ਦੇ ਵਿੱਚ ਲੋਟਰੀ ਨਿਕਲੀ ਹੈ। ਫਿਰ ਇਹ ਚੜ੍ਹਦੇ ਪੰਜਾਬ ਵਾਲਾ ਪੰਜਾਬੀ ਲਹਿੰਦੇ ਪੰਜਾਬ ਵਾਲੇ ਉਸ ਸ਼ਖਸ ਨੂੰ ਕਿਸ ਤਰ੍ਹਾਂ ਆਪਣੀ ਪੁੱਠੀ ਗੇਮ ਦੇ ਵਿੱਚ ਉਲਝਾਉਂਦਾ ਹੈ, ਇਹ ਵੀਡੀਓ ਅਤੇ ਇਹ ਰਿਕਾਰਡਿੰਗ ਸੁਣ ਕੇ ਤੁਹਾਡਾ ਹਾਸਾ ਬੰਦ ਨਹੀਂ ਹੋਵੇਗਾ ਅਤੇ ਕਿਤੇ ਨਾ ਕਿਤੇ ਹਰ ਇੱਕ ਨੂੰ ਕੁਝ ਨਾ ਕੁਝ ਸਿੱਖਣ ਦੇ ਲਈ ਵੀ ਮਿਲੇਗਾ ਕਿ ਤੁਸੀਂ ਇਸ ਤਰੀਕੇ ਦੇ ਨਾਲ ਵੀ ਆਪਣੇ 'ਤੇ ਪਈ ਮੁਸੀਬਤ ਨੂੰ ਟਾਲ ਸਕਦੇ ਹੋ। ਅਤੇ ਦੋਸਤੋ, ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੇ ਠੱਗ ਕਾਲ ਕਰਦੇ ਨੇ ਅਤੇ ਸਾਹਮਣੇ ਵਾਲਾ ਉਹਨਾਂ ਨੂੰ ਗੁੱਸੇ ਦੇ ਵਿੱਚ ਜਵਾਬ ਦਿੰਦਾ ਤਾਂ ਅੱਗੇ ਉਹ ਗਾਲੀ ਗਲੋਚ ਕਰਕੇ ਇੱਕ ਦੂਜੇ ਦਾ ਮਨ ਵੀ ਖਰਾਬ ਹੁੰਦਾ, ਪਰ ਜੋ ਇਹ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਇਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਅਤੇ ਕਿਤੇ ਨਾ ਕਿਤੇ ਇੰਟਰਟੇਨਮੈਂਟ ਵੀ ਤੁਹਾਡਾ ਕਰੇਗੀ ਅਤੇ ਤੁਹਾਨੂੰ ਹਾਸਾ ਵੀ ਆਵੇਗਾ ਇਸ ਸ਼ਖਸ ਦੀਆਂ ਗੱਲਾਂ ਸੁਣ ਕੇ। ਅਤੇ ਕੀ ਹੈ ਪੂਰੀ ਗੱਲਬਾਤ, ਆਓ ਸੁਣਾਉਣ ਦੇ ਲਈ ਤੁਹਾਨੂੰ ਲੈ ਚੱਲਦੇ ਹਾਂ ਇਸ ਕਾਲ ਰਿਕਾਰਡਿੰਗ ਵੱਲ। ਅਤੇ ਵਾਕਈ ਕੀ ਗੱਲ, ਤੁਹਾਨੂੰ ਵੀ ਕਦੇ ਕੋਈ ਇਸ ਤਰ੍ਹਾਂ ਦੀ ਕਾਲ ਆਈ ਹੈ, ਇਸ ਤਰ੍ਹਾਂ ਦੀ ਲੋਟਰੀ ਦਾ ਲਾਲਚ ਤੁਹਾਨੂੰ ਵੀ ਕਿਸੇ ਦੁਆਰਾ ਦਿੱਤਾ ਗਿਆ, ਜਾਂ ਫਿਰ ਤੁਹਾਡੇ ਨਾਲ ਵੀ ਕਦੇ ਕੋਈ ਇਸ ਤਰ੍ਹਾਂ ਦੀ ਔਨਲਾਈਨ ਠੱਗੀ ਹੋਈ ਹੈ ਜਾਂ ਫਿਰ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟਾਂ ਦੇ ਵਿੱਚ ਸਾਂਝੇ ਕਰਕੇ ਦੱਸਿਓ ਜੇਕਰ ਤੁਹਾਡੇ ਨਾਲ ਅਜਿਹਾ ਕੁਝ ਹੋਇਆ ਹੋਵੇ। ਅਤੇ ਜਿਹੜੇ ਦੋਸਤ ਨਵੇਂ ਨੇ, ਹਰ ਇੱਕ ਨਿਊਜ਼ ਅਤੇ ਹਰ ਇੱਕ ਖਾਸ ਵੀਡੀਓ ਸਭ ਤੋਂ ਪਹਿਲਾਂ ਤਾਂ ਇੱਕ ਹੀ ਜਗ੍ਹਾ ਇੱਕ ਹੀ ਚੈਨਲ 'ਤੇ ਦੇਖਣ ਦੇ ਲਈ, ਹੁਣੇ ਵੀਡੀਓ ਦੇ ਥੱਲੇ ਦੇਖ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਤੋਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਉਸ ਤੋਂ ਬਾਅਦ ਨੋਟੀਫਿਕੇਸ਼ਨ ਬੈਲ ਆਲ ਵਾਲੀ ਆਪਸ਼ਨ 'ਤੇ ਜ਼ਰੂਰ ਸਿਲੈਕਟ ਕਰ ਲੈਣੀ। ਸੋ ਆਹ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਵਾਇਰਲ ਹੋ ਰਹੀ ਕਾਲ ਰਿਕਾਰਡਿੰਗ ਵੱਲ। ਭਗਵਾਨ ਕੀ ਕਿਰਪਾ ਔਰ ਵਾਹਿਗੁਰੂ ਕੀ ਕਿਰਪਾ ਸੇ ਆਪਨੇ ਲਾਟਰੀ ਜੀਤਾ ਹੈ। ਬਿਲਕੁਲ ਬਿਲਕੁਲ, ਵਾਹਿਗੁਰੂ ਕੀ ਕਿਰਪਾ ਸੇ ਜੀਤਾ ਜੀ। ਠੀਕ ਹੈ ਸਰ, ਵਾਹਿਗੁਰੂ ਕੋ ਮਾਨਤੇ ਹੋ ਨਾ ਆਪ? ਬਿਲਕੁਲ ਬਿਲਕੁਲ ਸਰ, ਪੰਜਾਬ ਕਾ ਰਹਿਣੇ ਵਾਲਾ ਹੂੰ ਮੈਂ, ਪੰਜਾਬੀ ਮੈਂ ਬਾਤ ਕਰ ਸਕਤਾ ਹੂੰ? ਸਰ ਕੋਈ ਬਾਤ ਨਹੀਂ ਹੈ ਸਰ, ਮੈਂ ਵੀ ਇੱਕ ਪੰਜਾਬੀ ਹੂੰ, ਮੈਂ ਰਾਣਾ ਪ੍ਰਤਾਪ ਸਿੰਘ ਹੂੰ, ਮੈਂ ਵੀ ਇੱਕ ਪੰਜਾਬੀ ਹੂੰ। ਠੀਕ ਹੈ ਸਰ, ਠੀਕ ਸਰ, ਫਿਰ ਪੰਜਾਬੀ 'ਚ ਗੱਲ ਕਰੀਏ, ਹਿੰਦੀ 'ਚ ਮੈਨੂੰ ਪ੍ਰੋਬਲਮ ਆ ਰਹੀ ਸੀ। ਨਹੀਂ ਤੋ ਇਸ ਤਰ੍ਹਾਂ ਕਰੋ ਨਾ, ਤੁਸੀਂ ਆਪਣਾ ਹੁਣ ਇਸ ਤਰ੍ਹਾਂ ਕਰੋ, ਤੁਸੀਂ ਆਪਣਾ ਖਾਤਾ ਨੰਬਰ, ਨਾਂ ਤੇ ਫੋਟੋ ਮੈਨੂੰ ਵਟਸਐਪ ਤੇ ਭੇਜੋ। ਠੀਕ ਹੈ ਸਰ, ਮੈਂ ਹੁਣੇ ਭੇਜਦਾ ਜੀ ਤੁਹਾਨੂੰ ਹੁਣੇ। ਠੀਕ ਹੈ, ਲਾਟਰੀ ਦੇ ਬਾਰੇ ਤੁਸੀਂ ਚਰਚਾਬਾਜ਼ੀ, ਲਾਟਰੀ ਦੇ ਬਾਰੇ ਇਹ ਨਹੀਂ ਦੱਸਣਾ ਕਿ ਸਾਨੂੰ 5 ਲੱਖ ਦੀ ਲਾਟਰੀ ਖੁੱਲੀ ਹੈ। ਨਹੀਂ ਸਰ, ਆਪਾਂ ਕਿਹ ਵਾਸਤੇ ਦੱਸਣਾ ਜੀ, ਫਿਰ ਇੱਥੇ ਉਹ ਟੈਕਸ ਟੂਕਸ ਵਾਲੇ ਆ ਜਾਣਗੇ ਕਿ ਐਵੇਂ ਦਿੱਕਤ ਆਏਗੀ ਸਾਨੂੰ ਵੀ ਸਰ। ਉਹੀ ਗੱਲ ਹੈ ਨਾ, ਤੁਸੀਂ ਸਮਝਦਾਰ ਹੋ, ਇਸ ਤਰ੍ਹਾਂ ਕਰੋ ਨਾ, ਤੁਸੀਂ ਕਿਸੇ ਨੂੰ ਸ਼ੱਕ ਨਹੀਂ ਹੋਣੀ ਚਾਹੀਦੀ ਕਿ ਸਾਡੀ ਲਾਟਰੀ ਖੁੱਲੀ ਹੈ। ਹਾਂਜੀ ਹਾਂਜੀ, ਠੀਕ ਹੈ ਸਰ, ਠੀਕ ਹੈ। ਤੁਸੀਂ ਅਕਾਊਂਟ ਨਾਮ ਫੋਟੋ ਭੇਜ ਕੇ ਮੈਨੂੰ ਕਾਲ ਕਰੋ। ਠੀਕ ਹੈ ਸਰ, ਹੁਣੇ ਭੇਜਦਾ ਜੀ ਮੈਂ ਤੁਹਾਨੂੰ। ਓਕੇ, ਵਾਹਿਗੁਰੂ ਜੀ, ਵਾਹਿਗੁਰੂ ਜੀ। हाँ जी सर, मैंने वो आपको भेज दिया। ठीक है सर, ऐसा है ना, अभी जो आपका चेक नंबर फाइल आपके नाम पे रजिस्टर हो रहा है, जैसे आता है मैं व्हाट्सएप करता हूँ। ठीक है, ठीक है प्रा, मैं थोड़ी वेट। ठीक है सर, वो देख के ना मुझे कॉल लगा लेना। ओके जी, ओके, कर दाई तुम। हेलो ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਤਾਂ ਰੁਪਈਆਂ ਦੀ ਗਿਣਤੀ ਵੀ ਕਰਵਾ ਲਈ ਸਾਡੀ, ਸਾਨੂੰ ਤਾਂ ਯਕੀਨ ਨਹੀਂ ਹੋ ਰਿਹਾ। ਹਾਂ ਠੀਕ ਹੈ, ਤੋ ਇਹ ਨਾ ਸਰ ਜੀ, ਆਪਣੇ ਇਹ ਚੈੱਕ ਜੋ ਹੈ ਨਾ, ਆਪਕੇ ਨਾਮ ਪੇ ਕਰਵਾਨਾ ਹੈ, ਚੈੱਕ ਸਾਈਨ ਕਰਵਾਨਾ ਹੈ, ਤੋ ਸਰ ਇਹ ਚੈੱਕ ਸਾਈਨ ਜੈਸੇ ਹੋਗਾ ਤੁਰੰਤ ਜਾ ਕੇ ਆਪਣਾ ਅਮਾਉਂਟ ਚੈੱਕ ਕਰ ਲੈਣਾ। ਠੀਕ ਹੈ ਸਰ, ਕਿੰਨਾ ਕੁ ਟਾਈਮ ਲੱਗੇਗਾ ਜੀ? ਮੈਂ ਜੋ ਚੈੱਕ ਹੈ ਨਾ, ਜੋ ਚੈੱਕ ਆਪਕੇ ਨਾਮ ਪੇ ਕਰਵਾਨੇ ਕੇ ਲੀਏ, ਇਸਕਾ ਟੈਕਸ ਹੈ 1 ਲੱਖ ਕੇ ਪੀਛੇ 500 ਰੁਪਏ। ਠੀਕ ਹੈ ਜੀ, ਤੋ ਮੁਝੇ ਬਤਾ ਦੀਜੀਏ ਸਰ, ਇਹ ਟੈਕਸ ਅਭੀ ਕਿਤਨੀ ਦੇਰ ਮੈਂ ਭਰ ਸਕਤੇ ਹੋ ਸਰਦਾਰ ਜੀ? ਅੱਛਾ ਜੀ, ਟੈਕਸ ਮਤਲਬ ਸਮਝ ਨਹੀਂ ਆਈ ਮੈਨੂੰ ਤੁਹਾਡੀ ਗੱਲ ਦੀ। ਇਹ ਜਿਹੜਾ ਚੈੱਕ ਹੈ ਨਾ, ਜਿਹੜਾ ਚੈੱਕ ਹੈ, ਇਹ ਤੁਹਾਡੇ ਨਾਂ ਤੇ ਕਰਾਣਾ ਹੈ। ਹਾਂਜੀ, ਤੁਹਾਡੇ ਨਾਂ ਤੇ ਕਰਾਣਾ ਹੈ, ਚੈੱਕ ਸਾਈਨ ਕਰਾਣਾ ਹੈ। ਠੀਕ ਹੈ ਜੀ, ਇਸ ਚੈੱਕ ਸਾਈਨ ਦੀ ਫੀਸ ਹੈ 12,500। ਠੀਕ ਹੈ ਜੀ, ਉਹ ਤੁਸੀਂ ਭਰ ਸਕਦੇ ਹੋ ਸਰ ਜੀ? ਭਰ ਦਿੰਦੇ ਆ ਜੀ, ਕੋਈ ਦਿੱਕਤ ਨਹੀਂ, ਤੁਸੀਂ ਬੋਲੋ ਕਿਹੜੇ ਖਾਤੇ 'ਚ ਪਾਉਣੇ ਆ ਸਰ, ਸਾਨੂੰ ਪੇਮੈਂਟ ਆਉਣੀ। 12,000 ਸਾਡੇ ਵਾਸਤੇ ਕੀ ਚੀਜ਼ ਹੈ ਜੀ? ਜੀ ਜੀ, ਤੁਹਾਡੇ ਕੋਲ ਮੋਬਾਈਲ 'ਚ ਫੋਨ ਪੇ ਚਾਲੂ ਹੈ, ਗੂਗਲ ਪੇ? ਸਰ ਜੀ, ਨਾ ਫੋਨ ਪੇ ਚੱਲਦਾ ਜੀ, ਨਾ ਗੂਗਲ ਪੇ ਚੱਲਦਾ। ਤੁਸੀਂ ਮੈਨੂੰ ਅਕਾਊਂਟ ਨੰਬਰ ਭੇਜੋ, ਮੈਂ ਤੁਹਾਡੇ ਅਕਾਊਂਟ ਨੰਬਰ 'ਚ, ਮੇਰਾ ਗੁਆਂਢੀ ਦੁਕਾਨ 'ਤੇ ਹੈਗਾ, ਗੂਗਲ ਪੇ ਵੀ ਕਰ ਦੇਗਾ, ਸਾਰਾ ਕੁਛ ਕਰ ਦੇਗਾ। ਠੀਕ ਹੈ, ਇੱਕ ਬਾਤ ਦੀ ਮੇਰੀ ਹੈ, ਮੈਨੂੰ ਇਹ, ਤੁਸੀਂ ਆਪਣਾ, ਤੁਹਾਨੂੰ ਮੈਂ ਬਚਨ ਦੇਣਾ ਹੈ, ਤੁਸੀਂ ਮੈਨੂੰ ਬਚਨ ਦੇਣਾ ਹੈ। ਹਾਂਜੀ ਦੱਸੋ ਜੀ। ਤੋ ਮੈਂ ਤੁਹਾਨੂੰ ਇਹ ਵਾਹਿਗੁਰੂ ਦਾ ਬਚਨ ਦੇ ਰਿਹਾ,
कि सर जिस तरह तुसी पैसे भरोगे ना 5 मिनटों बाद जाकर वाहेगुरु का बचे ने तुसी जाके पैसे चेक कर लेने ने। ठीक है वाहेगुरु जी, जरूर जी जरूर, मैनू विश्वास है जी तुहाडे ते, तुसी मेरी पेमेंट करवा दी। लाखों करोड़ों की भी ढेरी ला देना, मैं बचन नहीं उठाता। ठीक है, तो मैं तुहानू ये बचन दे रहा, मैं तुहानू ये बचन दे रहा हां, तुसी मैनू ये वचन दो कि असीं लॉटरी दे बारे किसी नूं चर्चाबाजी नहीं लड्डू वंडन दी करदा पिया सी, लड्डू वंड सकदा जी मैं? नहीं मैं की कह रहा हां जी, हां जी मैं कह रहा जदों तुहानू लॉटरी मिल जावे तुहाडा पैसा कैश हो जाएगा ना, उस तों बाद तुसी जो मर्जी करो। ठीक है जी, उस तों पहला कुछ नहीं करना जी, क्योंकि लाटरी के बारे तुसी चर्चा करते हो तुहाडा नंबर को डुप्लीकेट कर लेंदा है, कोई कॉपी कर लेगा, क्योंकि जिसको ये व्हाट्सएप होगी वही लाटरी लेगा। अच्छा सर जी, तुहानू जेकर 12,000 तो ज्यादा चाहिए ने तो मैं वो भी भेज दिना, तुसी अकाउंट नंबर बोल दो, मैं तुहाडे अकाउंट नंबर च पवा देना, क्योंकि इस टाइम ना। नहीं सर देखो मेरी गल सुनो, हाँ जी जेड़ा तुहाडा जो तुहानू असीं टैक्स रखे इस तों अगे साडे गली 1 रुपया भी हराम है, ठीक है? हाँ जी, ते तुसी पाकिस्तान दी केड़ी साइड तो बोल रहे हो, पाकिस्तान दे केड़ी स्टेट तो बोल रहे हो? कौन तो तुसी? मैं क्या पाकिस्तान दे बेच ना थोड़ी जी रुपया दी इस टाइम बड़ी शार्टेज हैगी, इस करके ना सानू वार बार इस तरह दी फेक लाटरियां लगा के ना साडे तो डिमांड करदे ने, भरा जे तेनू चाहिए ने फिर भी भरा है साडा, लेंदे पंजाब विच रहना, सीधी डिमांड कर किन्ने चाहिए भेज दिना मैं। मजबूरी होनी ही लग्या होना है, मजबूरी होनी भरा तेरी कोई ना कोई है ना, अकाउंट नंबर बोल मैं पवा देना भरा, कोई गल नहीं यार, मैं भरा कह रहा कि मेनू पता यार प्रॉब्लम हैगी पाकिस्तान दे विच इस टाइम थोड़ी गरीबी है, ते तुसी दस दियो भरा कोई गल नहीं, लेंदे चढ़दे भरा पंजाब दे जेड़े आपां तुसी लेंदे पंजाब दे ही चढ़दे पंजाब दे हैगे तां भरा ही आ, तुसी वैसे बोल दियो किन्ने चाहिए भेज देना मैं। नहीं 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 नहीं, ओ देखना मेरी गल सुन, मैं भी हां पंजाबी। हां जी हां जी, मैं पंजाब विच रहना ते माल ते तुसी लिया हो यार पंजाबी हो। हां हां बिल्कुल बिल्कुल, ते और सुनाओ सरदार जी की हो रहे अज कल? बस वधिया नजारे लै रहे हां, जिवें तुसी नजारे लै रहे हो लेंदे पंजाब विच, असीं चढ़दे पंजाब विच नजारे लै रहे हां। नहीं नहीं यार पंजाबी पंजाबी भरा है। नहीं नहीं बिल्कुल बिल्कुल भरा है, ता ही मैं कह रहा भरावा, मैनू बस थोड़ा महसूस होया कि तुसी थोड़ा जिहा रस्ता गलत अपना लिया, कोई भी डिमांड करनी तुसी आपदे भरा नू करो, वाधू परमात्मा दी दया अपने ते, वाधू परमात्मा दिता हैगा, तुसी अकाउंट नंबर बोलो मैं ट्रांसफर कर देना, कोई दिक्कत ही नहीं। वधिया रोजगार है भरा तेरे दा, वधिया वधिया काम कर इधर, वधिया काम कर रहे। अच्छा ਅੱਛਾ ਤੇ ਕੰਮ ਕਾਰ ਹੈ ਨੀ ਫਿਰ ਮਜਬੂਰੀ ਤੋਂ ਲੱਗੇ ਆ। ਅੱਛਾ ਕੀ ਦਿੱਕਤ ਕੀ ਨਹੀਂ ਵੀ ਕੀ ਦਿੱਕਤ ਹੋ ਗਈ ਯਾਰ ਲੈਂਦੇ ਪੰਜਾਬ ਵਿੱਚ, ਮੇਰੇ ਬੜੇ ਹੈਗੇ ਆ ਜਾਣਕਾਰ ਕਾਫੀ ਮਤਲਬ ਹੈਗੇ ਆ, ਲੇਕਿਨ ਤੁਹਾਡੇ ਇੰਨੀ ਕਾਹਦੀ ਦਿੱਕਤ ਆ ਗਈ ਕਿ ਤੁਹਾਨੂੰ ਇਹ ਮਜਬੂਰੀਆਂ ਜਿਹੜੀਆਂ ਪੈ ਗਈਆਂ ਤੁਹਾਨੂੰ? ਪੈਸੇ ਯਾਰ ਪਰੇਸ਼ਾਨੀਆਂ ਤੇ ਮਜਬੂਰੀਆਂ ਬੜੀਆਂ ਨੇ। ਲੈ ਭਰਾ ਨੂੰ ਭਰਾ ਜੇ ਪਰੇਸ਼ਾਨੀ ਮਜਬੂਰੀ ਨਹੀਂ ਦੱਸੇਗਾ ਤੇ ਫਿਰ ਕੌਣ ਦੱਸੇਗਾ? ਤੇ ਤੁਹਾਨੂੰ ਤਾਂ ਅੱਜ ਤਾਂ ਕਹਿ ਰਿਹਾ ਨਾ ਵਾਹ ਬੜੇ ਪਰੇਸ਼ਾਨੀ ਹੈ। ਕੀ ਸਥਿਤੀ ਕੀ ਹੈ ਇਸ ਟਾਈਮ ਪਾਕਿਸਤਾਨ ਦੀ ਇਸ ਟਾਈਮ? ਬਸ ਜਿਸ ਤਰ੍ਹਾਂ ਇੱਧਰ ਮੋਦੀ ਕਰ ਰਿਹਾ ਨਾ ਜਿਵੇਂ ਇਸ ਤਰ੍ਹਾਂ ਦੇ ਐਵੇਂ ਹੀ ਫਿਰ ਤੈਨੂੰ ਪਤਾ ਹੈ, ਜਿਸ ਤਰ੍ਹਾਂ ਤੈਨੂੰ ਪਤਾ ਜਿਸ ਦਾ ਇੱਕ ਬੰਦਾ ਕਮਾਉਣ ਵਾਲਾ ਹੋਵੇ ਨਾ ਪਿੱਛੇ ਖਾਣ ਵਾਲੇ ਆਉਣ ਨਾ 15-20 ਤੇ ਉਹਦਾ ਕੀ ਬਣਨਾ? ਤੇ ਪਤੰਦਰੋ ਇੰਨੇ ਪੈਦਾ ਹੀ ਕਿਉਂ ਕਰਦੇ ਜੇ ਤੁਸੀਂ ਭੈਣ, ਤੁਸੀਂ ਤਾਂ ਲਾਈਨ ਹੀ ਲਾ ਦਿੰਦੇ ਜੇ ਯਾਰ, ਇੱਧਰ ਪੰਜਾਬ ਦੇ ਵਿੱਚ ਵੱਧ ਤੋਂ ਵੱਧ 1 ਜਾਂ 2 ਬੱਚੇ ਲੈਂਦੇ ਹਾਂ ਅਸੀਂ, ਹੁਣ ਦਿੱਕਤ ਆਏਗੀ ਨਾ ਕਿੱਥੇ 1-2 ਤੇ ਤੁਸੀਂ ਭੈਣ 3-3 ਵਿਆਹ ਕਰਕੇ ਯਾਰ ਤੁਸੀਂ ਲਾਈਨਾਂ ਲਾ ਦਿੰਦੇ ਜੇ ਬਾਅਦ ਚ ਫਿਰ ਕੰਮ ਤਾਂ ਔਖਾ ਹੀ ਹੋਣਾ। ਇਹ ਤਾਂ ਗੱਲ ਹੈ, ਇਹ ਕੀ ਚੱਕਰ ਕੀ ਹੈ ਕਿਵੇਂ 1 ਨਾਲ ਸਰਦਾ ਨੀ ਕਿ ਸਾਡੇ ਇੱਧਰ ਪੰਜਾਬ ਵਿੱਚ ਵਧੀਆ 1 ਨਾਲ ਸਰ ਜਾਂਦਾ ਚੜ੍ਹਦੇ ਪੰਜਾਬ ਵਿੱਚ ਤਾਂ? ਹਾਂ ਇਹ ਤਾਂ ਹੈ ਫਿਰ ਹੈ ਨਾ, ਕਿਵੇਂ ਕਿੰਨੇ ਤੁਸੀਂ ਕਿੰਨੇ ਕਰਵਾਏ ਆ ਸ਼ਾਦੀਆਂ? ਲੈ ਕਿੱਥੇ ਕਰਾਏ, ਕੁਆਰਾ ਹੀ ਲੱਗਿਆ ਫਿਰ ਨਾਲੇ। ਆਹੋ ਚਲੋ ਕੋਈ ਨੀ ਭਰਾ, ਕੋਈ ਡਿਮਾਂਡ ਹੋਵੇ ਦੱਸ ਦੀ ਕਰ ਦਿਆਂਗੇ ਪੂਰਾ ਤੇਰਾ, ਕੋਈ ਦਿੱਕਤ ਨਹੀਂ। ਠੀਕ ਹੈ, ਹੁਣ ਮੈਂ ਥੋੜਾ ਜਿਹਾ ਬਿਜ਼ੀ ਸੀਗਾ, ਤੁਹਾਨੂੰ ਬਾਅਦ ਚ ਬੈਕ ਕਾਲ ਕਰਦਾ। ਇਹ ਦੇਖੋ ਭਗਵਾਨ ਕੀ ਕਿਰਪਾ ਔਰ ਵਾਹਿਗੁਰੂ ਕੀ ਕਿਰਪਾ ਸੇ ਆਪਨੇ ਲਾਟਰੀ ਜੀਤਾ ਹੈ। ਬਿਲਕੁਲ ਬਿਲਕੁਲ, ਵਾਹਿਗੁਰੂ ਕੀ ਕਿਰਪਾ ਸੇ ਜੀਤਾ ਜੀ। ਠੀਕ ਹੈ ਸਰ, ਵਾਹਿਗੁਰੂ ਕੋ ਮਾਨਤੇ ਹੋ ਨਾ ਆਪ? ਬਿਲਕੁਲ ਬਿਲਕੁਲ ਸਰ, ਪੰਜਾਬ ਕਾ ਰਹਿਣੇ ਵਾਲਾ ਹੂੰ ਮੈਂ, ਪੰਜਾਬੀ ਮੈਂ ਬਾਤ ਕਰ ਸਕਤਾ ਹੂੰ? ਸਰ ਕੋਈ ਬਾਤ ਨਹੀਂ ਹੈ ਸਰ, ਮੈਂ ਵੀ ਇੱਕ ਪੰਜਾਬੀ ਹੂੰ, ਮੈਂ ਰਾਣਾ ਪ੍ਰਤਾਪ ਸਿੰਘ ਹੂੰ, ਮੈਂ ਵੀ ਇੱਕ ਪੰਜਾਬੀ ਹੂੰ। ਠੀਕ ਹੈ ਸਰ, ਠੀਕ ਸਰ, ਫਿਰ ਪੰਜਾਬੀ ਚ ਗੱਲ ਕਰੀਏ, ਹਿੰਦੀ ਚ ਮੈਨੂੰ ਪ੍ਰੋਬਲਮ ਆ ਰਹੀ ਸੀ।
नहीं तो इस तरह करो ना, तुसी अपना हुण इस तरह करो, तुसी अपना खाता नंबर नाम ते फोटो मैनू व्हाट्सएप ते भेजो। ठीक है सर, मैं हुणे भेजदा जी तुहानू हुणे। ठीक है, लॉटरी दे बारे तुसी चर्चाबाजी, लॉटरी दे बारे ये नहीं दसना कि सानू 5 लाख दी लॉटरी खुली है। नहीं सर, आपां के वास्ते दसना जी, फिर इत्थे ओह टैक्स टूक्स वाले आ जाणगे, की दे में दिक्कत आएगी सानू भी सर। ओही गल है ना, तुसी समझदार हो। इस तरह करो ना, तुसी किसी नूं शक ही नहीं होनी चाहिए कि साडी लॉटरी खुली है। हाँ जी, हाँ जी, ठीक है सर, ठीक है, तुसी अकाउंट नाम फोटो भेज के मैनूं कॉल करो। ठीक है सर, हुणे भेजदा जी मैं तुहानू। ओके, वाहेगुरु जी। वाहेगुरु जी। हाँ जी सर, मैंने वो आपको भेज दिया। ठीक है सर, ऐसा है ना, अभी जो आपका चेक नंबर फाइल आपके नाम पे रजिस्टर हो रहा है, जैसे आता है मैं व्हाट्सएप करता हूँ। ठीक है? ठीक है भरा, मैं थोड़ी वेट ठीक है सर, करता। वो देख के ना मुझे कॉल लगा लेना। ओके जी, ओके, कर दें जी तुम। हेलो। भाजी बहुत बहुत धन्यवाद तुहाडा, तुसीं तां रुपइयां की गिणती भी करवा ली साडी, सानूं तां यकीन नहीं हो रहा। हाँ ठीक है, तो ये ना सर जी, आपने ये चेक जो है ना आपके नाम पे करवाना है, चेक साइन करवाना है, तो सर ये चेक साइन जैसे होगा तुरंत जाकर अपना अमाउंट चेक कर लेना। ठीक है सर, किन्ना कु टाइम लगेगा जी? ना जो चेक है ना, जो चेक आपके नाम पे करवाने के लिए इसका टैक्स है 1 लाख के पीछे 500 रुपए, तो ठीक है जी। मुझे बता दीजिए सर ये टैक्स अभी कितनी देर में आप भर सकते हो सरदार जी? अच्छा जी, टैक्स मतलब समझ नहीं आई मैनू तुहाडी गल दी। ये जरा चेक है ना, जरा चेक है, हाँ ये जी, तो नाँ ते कराना है, हाँ जी, तो नाँ ते कराना है, चेक साइन कराना है, ठीक तो है इस जी, चेक साइन की फीस है 12,500, ठीक है जी। वो तुसी भर सकते हो। सर जी भर दिंदे आ जी, कोई दिक्कत नहीं, तुसी बोलो केड़े खाते च पाउणे आ सर, सानू पेमेंट आउणी 12,000 साडे वास्ते की चीज़ है जी। जी, तो थोड़े को मोबाइल जी फोन पे चालू है गूगल पे? सर जी ना फोन पे चलता है जी, ना गूगल पे चलता है, तुसी मैनू अकाउंट नंबर भेजो, मैं थोड़े अकाउंट नंबर च, मेरा गुआंढी दुकान ते हैगा, गूगल पे भी कर देगा, सारा कुछ कर देगा। तो ठीक है, एक बात दी मेरी है, मैनू है तुसी अपना, तुहानू मैं वचन देना है, तुसी मैनू वचन देना है। हाँ जी दसो जी। तो मैं तुहानू है वाहेगुरु का वचन दे रहा कि सर जिस तरह तुसी पैसे भरोगे ना, हाँ जी, 5 मिनटों नू बाद जाकर वाहेगुरु का वचन है, तुसी जाके पैसे चेक कर लेने ने। ठीक है वाहेगुरु जी, जरूर जी जरूर, मैनू क्योंकि विश्वास है जी सर तुहाडे ते, देखो तुसी सर मेरी पेमेंट मेरे बनवा को दी। लाखों करोड़ों की भी ढेरी ला देना, मैं वचन नहीं उठाता। ठीक है तो जी, मैं तुहानू ये वचन दे रहा, इन बार कार्ड भाई, मैं तुहानू ये वचन दे रहा हाँ हाँ कि तुसी मैनू ये वचन दो कि असी लॉटरी के बारे किसी नू चर्चाबाजी नहीं करांगे, किसी नू दसांगे नहीं। ते सर मैं तो ना लड्डू वंडन दी करदा पिया सी, लड्डू वंड सकदा जी मैं? नहीं मैं की कह रहा, हाँ जी हाँ जी, मैं कह रहा जदों तुहानू लॉटरी मिल जाए तुहाडा पैसा कैश हो जाएगा ना, उस तो बाद तुसी जो मर्जी करो। ठीक है जी, उस तो पहला कुछ नहीं करना जी, क्योंकि लाठी के बारे तुसी चर्चा करते हो, तुहाडा नंबर को डुप्लीकेट कर लेंदा, कोई कॉपी कर लेगा, क्योंकि जिसको ये व्हाट्सएप होगी वही लाठी लेगा। अच्छा सर जी, तुहानू जेकर 12,000 तो ज्यादा चाहिए ने तो मैं वो भी भेज देना, तुसी अकाउंट नंबर बोल दो, मैं तुहाडे अकाउंट नंबर च पवा देना, क्योंकि इस टाइम ना। नहीं सर देखो मेरी गल सुनो, हाँ जी, जेड़ा तुहाडा जो तुहानू असी टैक्स दसे इस तो अगे साडे गली 1 रुपए भी हराम है। ठीक है, हाँ जी, ते तुसी पाकिस्तान दी केड़ी साइड तो बोल रहे हो, पाकिस्तान दे केड़ी स्टेट तो बोल रहे हो? कौन तो तुसी? मैं क्या पाकिस्तान दे बेच ना थोड़ी जी रुपया दी इस टाइम बड़ी शार्टेज हैगी, इस करके ना सानू वार वार इस तरह दी फेक लाटरियां लगा के ना साडे तो डिमांड कर देने, भरा जे तेनू चाहिए ने फिर भी भरा है साडा, लेंदे पंजाब च रहना, सीधी डिमांड कर किन्ने चाहिए भेज देना मैं। चलो ठीक हो गया सरदार, बड़ी मेहरबानी। वो दस दे भरा कितने रहना, भेज देना यार, तेरी मजबूरी होनी है ता ही लग्या होना है, मजबूरी होनी भरा तेरी कोई ना कोई, है ना? अकाउंट नंबर बोल मैं पवा देना भरा, कोई गल नहीं यार, मजबूरी दी खातर ता काम करना है, नहीं तो वैसे कौन काम करता। ते ता ही मैं भरा कह रहा कि मैनू पता यार प्रॉब्लम हैगी पाकिस्तान दे विच इस टाइम थोड़ी गरीबी है, ते तुसी दस दियो भरा कोई गल नहीं, लेंदे चढ़दे भरा पंजाब दे जेहड़े आपां तुसी लेंदे पंजाब दे ही चढ़ते पंजाब दे हैगे तां भरा ही हां, तुसी वैसे बोल दियो किन्ने चाहिए भेज देना मैं। नहीं 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 ओ देखना, मेरी गल सुन, मैं भी हां पंजाबी, हां जी हां जी, मैं पंजाब विच रहना ते माल ते तुसी लिया हो यार पंजाबी हो। हां हां बिल्कुल बिल्कुल। ते और सुनाओ सरदार जी की हो रहा अजकल? बस वधिया नजारे लै रहे हां, जिवें तुसी
नज़ारे लै रहे हो, लेंदे पंजाब विच, अहीं चढ़दे पंजाब विच नज़ारे लै रहे हैं। मैं नहीं यार, पंजाबी पंजाबी भरा हैं। नहीं नहीं बिल्कुल बिल्कुल भरा हैं, तां ही मैं कह रहा भरावा, मैनू बस थोड़ा महसूस होया कि तुसीं थोड़ा जिहा रस्ता गलत अपना लिया। कोई भी डिमांड करनी तुसीं आपदे भरा नूं करो, वाधू परमात्मा की दया अपने ते, वाधू परमात्मा दिता हैगा, तुसीं अकाउंट नंबर बोलो, मैं ट्रांसफर कर देना, कोई दिक्कत ही नहीं। वधिया रोजगार है भरा तेरे दा, वधिया वधिया काम कर इधर, वधिया काम कर। अच्छा की दिक्कत की नहीं, भी की दिक्कत हो गई यार, लेंदे पंजाब विच मेरे बड़े हैगे जानकार काफी, मतलब हैगे आ, लेकिन तुहाडे इन्नी काहदी दिक्कत आ गई कि तुहानूं इह मजबूरियां जिहड़ियां पै गईयां तुहानूं। वैसे यार परेशानियां ते मजबूरियां बड़ियां ने। ले भरा नूं भरा जे परेशानी मजबूरी नहीं दसेगा ते फिर कौन दसेगा? पतंदरों इन्हें पैदा ही क्यों करते जे तुसीं, लाइन ही ला दें जे यार, इधर पंजाब तू बाद एक या दो बच्चे लेने हुण दिक्कत आएगी ना कितने, एक दो ते तुसीं पै तीन तीन ब्याह करके यार तुसीं लाइना ला दिंदे जे, बाद च फिर काम तो औखा ही होना है। आए ते गल है, एक की चक्कर की है, किवें एक नाल सरदा नहीं के, साडे इधर पंजाब विच वधिया एक नाल सर जांदा चढ़दे पंजाब विच तां। आए ते है फिर है ना, किवें किन्ने तुसीं किन्ने करवाए है शादियां? आ ले कित्थे कराए, कुआरा ही लग्या फिर तां ले। आहो चलो कोई नहीं भरा, कोई डिमांड हो दस दी कर देंगे पूरा तेरा, कोई दिक्कत नहीं। ठीक है, हुण मैं थोड़ा जिहा बिजी सीगा, तुहानू बाद च बैक कॉल करदा।